ਹੇ ਮੈਨਸ ਵਲੌਗ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਲਾਸਟ ਵਲੌਗ ਵਿੱਚ ਮੈਂ ਤੁਹਾਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਡੀ ਇਲਾਕੇ ਵਿੱਚ ਪੈਂਦੇ ਲੰਬੀ ਪਿੰਡ ਨੂੰ ਦਿਖਾਉਣ ਲੈ ਕੇ ਆਇਆ ਸੀ। ਇਸ ਪਿੰਡ ਦੇ ਲੋਕ ਜਾਂ ਤਾਂ ਆਪਣੇ ਘਰ ਛੱਡ ਕੇ ਹਿਮਾਚਲ ਜਾ ਚੁੱਕੇ ਹਨ ਤੇ ਜਾਂ ਉਹ ਪੰਜਾਬ ਦੇ ਹੋਰਨਾਂ ਇਲਾਕਿਆਂ ਵਿੱਚ ਚਲੇ ਗਏ ਹਨ। ਕੁਝ ਘਰ ਖੰਡਰ ਬਣ ਗਏ ਹਨ ਤੇ ਕੁਝ ਘਰ ਖੰਡਰ ਬਣਨ ਦੀ ਕਗਾਰ ਤੇ ਹਨ। ਅੱਜ ਦੇ ਇਸ ਵਲੌਗ ਵਿੱਚ ਮੈਂ ਤੁਹਾਨੂੰ ਇਸ ਪਿੰਡ ਤੋਂ ਥੋੜੀ ਹੀ ਦੂਰੀ ਤੇ ਸਥਿਤ ਇੱਕ ਅਜਿਹੇ ਪਿੰਡ ਵਿੱਚ ਲੈ ਕੇ ਜਾ ਰਿਹਾ ਹਾਂ ਜਿੱਥੇ ਜਾਣ ਲਈ ਤੁਹਾਨੂੰ ਜੰਗਲਾਂ ਦੇ ਵਿੱਚੋਂ ਹੋ ਕੇ ਜਾਣਾ ਪੈਂਦਾ ਹੈ। ਪਰ ਜਿਵੇਂ ਹੀ ਤੁਸੀਂ ਇਸ ਪਿੰਡ ਵਿੱਚ ਪਹੁੰਚਦੇ ਹੋ ਤਾਂ ਤੁਹਾਨੂੰ ਇੰਜ ਲੱਗਦਾ ਹੈ ਕਿ ਤੁਸੀਂ ਪੰਜਾਬ ਵਿੱਚ ਨਹੀਂ ਸਗੋਂ ਜੰਮੂ ਕਸ਼ਮੀਰ ਦੀਆਂ ਹਸੀਨ ਵਾਦੀਆਂ ਵਿੱਚ ਆ ਗਏ ਹੋਵੋ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਲਹਿੰਦੇ ਪੰਜਾਬ ਤੋਂ ਗੁੱਜਰ ਭਾਈਚਾਰੇ ਦੇ ਮੇਰੇ ਕਾਫੀ ਸਾਰੇ ਵਿਊਅਰਸ ਇਸ ਇਲਾਕੇ ਨੂੰ ਦੇਖਣਾ ਚਾਹੁੰਦੇ ਹਨ ਤੇ ਚਲੋ ਅਸੀਂ ਮਿਲ ਕੇ ਇਸ ਇਲਾਕੇ ਨੂੰ ਐਕਸਪਲੋਰ ਕਰਦੇ ਹਾਂ ਤੇ ਪਲੀਜ਼ ਇਸ ਵਲੌਗ ਦੇ ਐਂਡ ਤੱਕ ਮੇਰੇ ਨਾਲ ਬਣੇ ਰਹਿਣਾ। ਇਸ ਪਿੰਡ ਨੂੰ ਰਸਤਾ ਆ ਹੀ ਆ? ਹਾਂਜੀ ਤੁਹਾਡੀ ਉਹ ਉਧਰ ਹੀ ਹੋਣਾ, ਮੈਨੂੰ ਟਰੈਕਟਰ ਟੁੱਟ ਜਾਂਦੇ ਨਾ ਥੱਲੇ। ਮੈਂ ਉਹੀ ਕਹਿੰਦਾ ਦੇਖੋ ਤਾਂ ਰਸਤਾ ਥੋੜੀ ਆਉਣ ਜਾਣ ਵਾਲਾ ਲੱਗਦਾ ਯਾਰ, ਇਹ ਉਦਾਂ ਆਉਂਦੇ ਜਾਂਦੇ ਇਧਰ ਹੀ ਪੈਦਲ, ਇਹ ਹੋ ਸਕਦਾ ਸ਼ਾਰਟਕਟ ਜਿਹਾ ਹੋਵੇ। ਹੈ ਹਾਂਜੀ, ਪੈਦਲ ਆਉਣ ਜਾਣ ਨੂੰ ਇਹੀ। ਹਾਂ ਉਹ ਤੇਰੀ ਉਤਰਿਆ ਕਾਹੀ ਵਾਲੇ ਨੂੰ। ਹੈਂ? ਕਾਹੀ ਵਾਲੇ ਨੂੰ ਵਾਹ, ਦੇਖੋ ਤਾਂ ਕਿਤੇ ਪੈਰ ਲੱਗੇ? ਇਹ ਆਇਆ ਕੋਈ, ਗਿਆ ਉਧਰ ਬੰਦਾ ਹੀ ਆ। ਨਹੀਂ ਖੁਰ ਲੱਗੇ ਆ ਇਹ ਸੰਭਰਾਂ ਦੇ। ਕਹਿ ਨੂੰ ਇਧਰ ਇਹ ਗਿਆ ਇਹਨਾਂ ਗਿਆ ਆਇਆ ਉੱਤੋਂ ਦੀ ਮੈਂ ਬੰਦ ਗਿਆ ਨਾ। ਹਾਂ ਦੇਖੋ ਖੁਰ ਪੂਰੇ ਜੰਗਲਾਂ 'ਚ ਹੁੰਦੇ ਆਏ ਆਪਾਂ ਤੇ ਵਾਹ ਜੀ ਵਾਹ। ਆਓ ਦੇਖੋ ਇਹ ਕਾਹੀ ਵਾਲੇ ਦੇ ਘਰ। ਲਓ ਜੀ ਕਿਆ ਬਾਤਾਂ ਇਹ ਭਾਈ ਜੀ, ਕੋਈ ਬੰਦਾ ਸੋਚ ਨਹੀਂ ਸਕਦਾ ਇੱਥੇ ਇੱਦਾਂ ਦੇ ਘਰ ਵੀ ਹੋਊਗੇ। ਦੇਖੋ ਓਏ ਹੋਏ ਹੋਏ ਹੋਏ, ਕੁੱਤੇ ਹੈ ਰੱਖੇ? ਹੈਂ ਕੁੱਤੇ? ਮੈਂ ਕਿਹਾ ਹੈ ਤੂੰ ਬਾਜ਼ ਮਾਰ ਲਓ, ਹੈਗੇ ਕੁੱਤੇ ਉਹਦੇ। ਉਹ ਬੰਨੇ ਪਤਾ ਨਹੀਂ ਲੱਗਦਾ ਪਿਆ। ਉਹ ਦੇਖੋ ਬੱਜਿਆ ਰੱਖਦਾ ਮੈਨੂੰ, ਉਹ ਅੰਦਰ ਹੀ ਲੱਗਦੇ ਮੈਨੂੰ ਕੁੱਤੇ, ਹੈ ਨਾ ਬੱਜਿਆ ਲੱਗਦਾ। ਕਾਹੀ ਆਲ ਬਸ ਇੰਨਾ ਕੀ ਪਿੰਡ ਆ? ਹਾਂਜੀ ਇਹੀ ਹੈ, ਤਿੰਨ ਚਾਰ ਘਰ ਜਿਹੜੇ ਹੈਗੇ ਬਸ। ਉਹ ਥੱਲੇ ਘਰੇ ਸਕੂਲ ਸੀਗਾ। ਅੱਛਾ ਉਹ ਸਾਹਮਣੇ ਦੀਦਾ ਇੱਧਰ ਕਿੱਧਰ ਕਿੱਧਰ? ਅੱਛਾ ਉਹ ਸਕੂਲ ਆ ਇਹ, ਉਹ ਜਿਹੜਾ ਪਿੱਛੇ ਜਿਹਾ ਬਣਿਆ ਹੈ ਨਾ। ਹਾਂਜੀ ਬਾਅਦ ਵਿੱਚ ਬਸ ਉਹ ਦੇ ਹੈ ਨਾ। ਹਾਂ ਉਹ ਵਾਲਾ ਕਿਤੇ ਬਾਈ ਸਕੂਲ ਆ ਜਿਹੜਾ ਪੰਜਵੀਂ ਤੱਕ ਹੁੰਦਾ ਸੀ। ਹਾਂਜੀ ਲੰਬੀ ਪਿੰਡ ਤੋਂ ਵੀ ਇੱਥੇ ਆਉਂਦੇ ਹੁੰਦੇ ਸੀ ਪੜ੍ਹਨ? ਲੰਬੀ ਦੇ ਵੀ ਆਏ ਇੱਧਰ, ਫਿਰ ਸਾਡੇ ਇੱਧਰ ਦੀਨੂ ਦੇ ਮੁੰਡੇ ਮੁੰਡੇ ਵੀ ਇੱਧਰ ਹੀ ਪੜ੍ਹੇ। ਅੱਛਾ ਕਿੱਦਾਂ ਕਰੀਏ ਫਿਰ, ਚਲੀਏ? ਚੱਲ ਪੋ ਬੰਦਿਆ ਲੱਗਦਾ ਮੈਨੂੰ। ਆਹੋ ਆ ਜਾਓ ਫਿਰ। ਦੇਖੋ ਜੀ ਵਾੜਾਂ ਲਾਈਆਂ ਵਾੜ ਕਣਕ ਪੂਰੀ ਹੈ ਫਸਲ ਬੀਜਦੇ। ਵੈਸੇ ਇੱਥੇ ਕੋਈ ਬੀਜਿਆ ਨਹੀਂ ਪਰ ਫਿਰ ਵੀ ਵਾੜ ਲਾਈ ਆ, ਜੰਗਲੀ ਜਾਨਵਰਾਂ ਤੋਂ ਲਾਈ ਹੋਣੀ ਮੇਰੇ ਹਿਸਾਬ ਨਾਲ। ਉਹ ਕੁੱਤੇ ਭੌਂਕਦੇ ਆ, ਵਧੀਆ ਲੱਗਦਾ ਮੈਨੂੰ ਅੱਗੇ ਦਾ ਬਸ। ਅੱਛਾ ਮੈਨੂੰ ਗੱਲ ਦੱਸੋ ਆਹ ਕੀ ਆ ਅੱਗੇ? ਉਹ ਚੋਈ ਲੰਘਦੀ ਆ? ਹਾਂ ਚੋਆ ਇਹ। ਚੋਆ ਇਹ? ਹਾਂਜੀ ਇਹ ਤਾਂ ਮੀਆਂ ਦੇ ਵਿੱਚ ਵਗਦਾ ਹੋਣਾ ਚੰਗਾ। ਡੈਮ ਨੂੰ ਜਿਹੜਾ ਗਿਆ ਪਾਣੀ। ਅੱਛਾ ਇਹ ਡੈਮ ਇਹਦਾ ਚੋਆ ਦਾ ਹੁੰਦਾ ਇਕੱਠਾ? ਅੱਛਾ ਅੱਛਾ ਅੱਗੇ ਬੀਜਦੇ ਸੀ ਕਣਕਾਂ ਕੁਣਕਾਂ, ਹੁਣ ਇੱਥੇ ਜਾ ਰਹਿਣਾ ਕੋਈ ਫੇਰ ਕੇ ਬੀਜਣਾ। ਹਾਂ ਗੱਲ ਸਹੀ ਤੁਹਾਡੀ, ਕਣਕਾਂ ਛੱਲੀਆਂ ਉਹ ਕਾਫੀ ਬੀਜ ਰਹੇ ਆ। ਅੱਛਾ ਮਤਲਬ ਇਹ ਖੇਤੀ ਕਰਦੇ ਸੀ ਇੱਥੇ? ਖੇਤ ਹੁੰਦੇ ਹਾਂ ਜੀ। ਹਾਂ ਘਾਟੀ, ਘਾਟੀ ਕਹਿੰਦੇ ਇਹਨੂੰ ਭਾਜੀ, ਆਲੇ ਦੁਆਲੇ ਪਹਾੜਾਂ ਨਾਲ ਘਿਰਿਆ ਤੇ ਵਿੱਚ ਮੈਦਾਨ ਆ। ਮੈਂ ਵੈਸੇ ਸੋਚਿਆ ਨਹੀਂ ਭਾਜੀ, ਦੇਖ ਲਓ ਆਪਾਂ ਜਿੰਨਾ ਹੁਣ ਘੁੰਮ ਕੇ ਆਏ ਸਾਨੂੰ ਇੱਦਾਂ ਦੀ ਜਗ੍ਹਾ ਥੋੜੀ ਦਿਖੀ ਕਿਤੇ ਉਦਾਂ। ਦੇਖ ਲਓ ਇੱਕਦਮ ਹੀ ਆਹ ਜਗ੍ਹਾ ਆ ਗਈ, ਨਾਲ ਹੀ ਉੱਤਰਦੇ ਸਾਰੀ ਥੱਲੇ ਅੱਧਾ ਕਿਲੋਮੀਟਰ ਵੱਜਾ ਜੀ ਲੱਗਦਾ ਹੈ ਨਾ। ਨਹੀਂ ਏਦਾਂ ਨਹੀਂ ਹੋ ਸਕਦਾ ਕਿਉਂਕਿ ਇੱਕ ਬਾਈਕ ਖੜੀ ਆ
ਕੀਏ ਮੈਂ ਕਦੂ ਦੀਆਂ ਮੇਲਾਂ ਹਾਂ ਰਾਮ ਥੋਰੀ ਹਾਂ ਬਾਜ ਮਾਰ ਲਓ ਆ ਜਾਓ ਦੇਖ ਲੈਂਦੇ ਮੈਂ ਆਪਣੇ ਸਾਰੇ ਹੀ ਵਿਊਸ ਨੂੰ ਇੱਥੇ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਪਿੰਡ ਦੇ ਲੋਕ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਕੁਦਰਤ ਦੀ ਗੋਦ ਵਿੱਚ ਵਸੇ ਇਸ ਪਿੰਡ ਦਾ ਨਜ਼ਾਰਾ ਕਿਸ ਤਰ੍ਹਾਂ ਦਾ ਲੱਗਾ ਤੇ ਚਲੋ ਹੁਣ ਅਸੀਂ ਹੋਰ ਅੱਗੇ ਵੱਧਦੇ ਹਾਂ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਇਸ ਖੂਬਸੂਰਤ ਇਲਾਕੇ ਵਿੱਚ ਹੋਰ ਵੀ ਜਗ੍ਹਾ ਐਕਸਪਲੋਰ ਕਰਦੇ ਹਾਂ ਤੇ ਮੇਰੇ ਨਾਲ ਬਣੇ ਰਹੋ ਆਹ ਵਾਲਾ ਰਸਤਾ ਆਪਣੇ ਮੈਗਰੋਵਾਲ ਨੂੰ ਜਾ ਰਿਹਾ ਇੱਧਰ ਤੇ ਭਾਜੀ ਇੱਧਰੋਂ ਕਿਹੜੀ ਜਗ੍ਹਾ ਕਹਿੰਦੇ ਤੁਸੀਂ ਆਹ ਸਾਹਮਣੇ ਜਲੰਧਰੀ ਬਾਬੇ ਭਰਤੀ ਦੀ ਜਗ੍ਹਾ ਜਲੰਧਰੀ ਬਾਬੇ ਭਰਤੀ ਤੇ ਤੁਹਾਡੇ ਘਰਾਂ ਵੱਲ ਨੂੰ ਨਿਕਲਣਾ ਮੈਗਰੋਵਾਲ ਜਾ ਕੇ ਹੈ ਠੀਕ ਆ ਚਲੋ ਤੁਹਾਡੇ ਘਰ ਵਾਲੀ ਰੋਡ ਵੀ ਦੇਖ ਲਾਂਗੇ ਇੱਧਰ ਹੀ ਆਉਂਦੇ ਆ ਨਰੇਗਾ ਵਾਲੇ ਕੰਮ ਅੱਛਾ ਇੱਧਰ ਨਰੇਗਾ ਵਾਲੇ ਆਉਂਦੇ ਕੰਮ ਕਰਨ ਹੈ ਉੱਥੇ ਜਿੱਥੇ ਟੋਬੇ ਪਰ ਮੋੜਿਆ ਟੋਬਾ ਨਹੀਂ ਠੀਕ ਆ ਹਾਂਜੀ ਉੱਥੇ ਵੀ ਆਉਂਦੇ ਆ ਅੱਛਾ ਪੰਜ ਛੇ ਬੁੜੀਆਂ ਇੱਕ ਬੰਦਾ ਆ ਠੀਕ ਆ ਬਸ ਪੌਦੇ ਲਾਉਣੇ ਸਫਾਈ ਕਰਨੀ ਪਾਣੀ ਪੂਣੀ ਦਾ ਦੇਖਣਾ ਉਹਨਾਂ ਦਾ ਵੀ ਹਾਂ ਜਾ ਤਾਂ ਨਹੀਂ ਰਿਹਾ ਇੱਧਰ ਉੱਧਰ ਠੀਕ ਆ ਇੰਨਾ ਜੰਗਲੀ ਇਲਾਕਾ ਮੋਟਰਸਾਈਕਲ ਤੇ ਕਦੀ ਨਹੀਂ ਘੁੰਮਿਆ ਅੱਛਾ ਜੀ ਤੁਸੀਂ ਇਦਾਂ ਦਾ ਕਹਿੰਦੇ ਰਸਤਾ ਪੱਕਾ ਆ ਉਹ ਹੈ ਨਾ ਉਹ ਹੁੰਦੇ ਆ ਪੱਕਾ ਆ ਕੱਚਾ ਯਾਰ ਮੈਂ ਥੋੜਾ ਜਿਹਾ ਉੱਥੇ ਦਾ ਇੰਦਾਂ ਦਾ ਬਾਕੀ ਹਾਂ ਇਹ ਨਾ ਐਕਚੁਅਲੀ ਪੱਥਰ ਪਏ ਇੱਥੇ ਆ ਦੇ ਮਤਲਬ ਇਹ ਇਹ ਇੱਕ ਸ਼ਾਰਟਕਟ ਟਾਈਪ ਲੱਗਦਾ ਮੈਨੂੰ ਜਿਹੜਾ ਤਾਈਓ ਰੇਡ ਜ਼ਿਆਦਾ ਆ ਨਾ ਅੱਗੇ ਜਾ ਕੇ ਤੁਸੀਂ ਕਹਿੰਦੇ ਹਾਂ ਓਏ ਹੋਏ ਇਹ ਤਾਂ ਲੱਗਣਾ ਹੀ ਸੀ ਸਕੂਟੀ ਤਾਂ ਇੱਥੇ ਲੱਗਦੀ ਰਵੇ ਥੱਲੇ ਹੈ ਨਾ ਮੋਟਰਸਾਈਕਲ ਆਂਦੇ ਜਲਾ ਆਹੋ ਸਕੂਟਰੀ ਨਹੀਂ ਆ ਸਕਦੀ ਦੇਖੋ ਬਾਂਸ ਲੱਗਾ ਬਾਂਸ ਸਾਰਾ ਜਗਰਾਤ ਨੇ ਲਾਇਆ ਹੈ ਹਾਂ ਅੱਛਾ ਜਗਰਾਤ ਨੇ ਲਾਇਆ ਹੋ ਤਾਈਓ ਗੁੱਛਿਆ ਗੁੱਛਿਆ ਜਿਆ ਹਾਂਜੀ ਵਾਹ ਕਿੱਧਰ ਜਾਣਾ ਇੱਥੋਂ ਲਾ ਲਓ ਗੁੱਛੇ ਉਹ ਅੱਗੇ ਅੱਗੇ ਪੱਥਰ ਜਾਏ ਆ ਆਹੋ ਭਾਜੀ ਘਰ ਆਇਆ ਉਹ ਮੰਦਰ ਆਇਆ ਬਾਬੇ ਦੀ ਜਗ੍ਹਾ ਆਇਆ ਲੱਗਦਾ ਕੋਈ ਨਹੀਂ ਗਲਤ ਬਾਜ ਲਿਆ ਇੱਦਾਂ ਹੀ ਲੈ ਜਾਂਦੇ ਇੱਥੇ ਲਓ ਜੀ ਹੈ ਸਾਰੀਆਂ ਜਗ੍ਹਾ 'ਤੇ ਇੱਥੇ ਕੋਈ ਰਹਿ ਵੀ ਨਹੀਂ ਸਕਦਾ ਉੱਦਾਂ ਇੱਥੇ ਆ ਗਿਆ ਨਾ ਜਦੋਂ ਕੋਈ ਅਮ ਰੱਖਿਆ ਹੋਵੇ ਕੋਈ ਵੀ ਮਾਠੀ ਵਗੈਰਾ ਜਾਂ ਉਹ ਇਹ ਕਿਹੜੀ ਜਗ੍ਹਾ ਭਾਜੀ ਦੱਸੀ ਤੁਸੀਂ ਨਾਮ ਬਾਬੇ ਭਰਥਰੀ ਦੀ ਭਰਥਰੀ ਠੀਕ ਆ ਜੀ ਠੀਕ ਆ ਚਲੋ ਚਲੋ ਵੀ ਇਹਦਾ ਵੀ ਮਜ਼ਾ ਹੀ ਵੱਖਰਾ ਇਹ ਸਿਰ ਬਾਬੇ ਵਾਸਤੇ ਬਣਾਇਆ ਰਸਤਾ ਇਧਰ ਹੀ ਸਹੀ ਗੱਲ ਆ ਵੀ ਇੱਥੋਂ ਉਤਰਨ ਵੇਲੇ ਆਹਦੇ ਮਾਰਦਾ ਸਲਿੱਪ ਆ ਦੇ ਆ ਦੇ ਮੈਂ ਅੱਜ ਤੁਸੀਂ ਬਹੁਤ ਸੋਹਣਾ ਮਤਲਬ ਰਸਤਾ ਵੀ ਬਹੁਤ ਵਧੀਆ ਲੱਗਾ ਮੈਨੂੰ ਦੇਖ ਕੇ ਤੇ ਦੇਖਿਆ ਦੇਖਿਆ ਕੋਈ ਗੱਲ ਕਿੱਦਾਂ ਅੱਜ ਘੁੰਮਦਾ ਮੈਂ ਉਤਰ ਗਿਆ ਹੁਣ ਹੌਲੀ ਅੱਛਾ ਉਤਰ ਗਿਆ ਤੁਸੀਂ ਬੈਠੇ ਰਹਿਣਾ ਸੀ ਤਿਲਕਣਾ ਨਹੀਂ ਸੀ ਫਿਰ ਚਲੋ ਕੋਈ ਨਹੀਂ ਘੁੰਮ ਗਿਆ ਕੋਈ ਨਹੀਂ ਇੱਥੇ ਤਾਂ ਬੰਦੇ ਕਿੱਦਾਂ ਆਉਂਦੇ ਹੋਣੇ ਆ ਬਈ ਉਹ ਪਿੱਛੇ ਨਾ ਡਾਲਾ ਰੱਖ ਲੈਂਦੇ ਇੱਕ ਵੱਢ ਕੇ ਨਾ ਗਾਹੀ ਦਾ ਬੰਨ ਲੈਣਾ ਹੈ ਅੱਛਾ ਮੋਟਰਸਾਈਕਲ ਤੇ ਮੋਟਰਸਾਈਕਲ ਵਾਂਗ ਲੈਣਾ ਮਗਰ ਉਹਦੇ ਉਹ ਵੀ ਗੱਲ ਸਹੀ ਹੈ ਨਾ ਉਹ ਸਿੱਧਾ ਬੈਲੈਂਸ ਰਹਿਣਾ ਹੈ ਚਲੋ ਚਲੋ ਫੜਿਆ ਮੈਂ ਪਿੱਛੇ ਮੈਂ ਦੇਖ ਲਿਆ ਠੀਕ ਹੈ ਲੈ ਵੀ ਘੁੰਮਦਾ ਨਹੀਂ ਮੈਂ ਇੰਨੀ ਗਈ ਆ ਇਹ ਵੀ ਤੁਸੀਂ ਐਡਵੈਂਚਰ ਦਿਖਾਤਾ ਮੈਨੂੰ ਜਾਂਦੇ ਚੜ੍ਹਦੇ ਨਾ ਆਦੀ ਵਾਰੀ ਔਖਾ ਉੱਤਰਦਾ ਤਾਂ ਹਾਂ ਜਾਂਦੇ ਵੀ ਕਿਤੇ ਦੇਖੋ ਭਾਜੀ ਜਾਂਦੇ ਵੀ ਕਿਤੇ ਬ੍ਰੇਕਾਂ ਲੱਗ ਗਈਆਂ ਨਾ ਤੁਹਾਡੀਆਂ ਰੇਡ ਸਾਹਿਬ ਦਾ ਪਿੱਛੇ ਨੂੰ ਹੈ ਨਾ ਹਾਂਜੀ ਹਾਂਜੀ ਹੈ ਖਤਰਨਾਕ ਰਸਤਾ ਕੋਈ ਸ਼ੱਕ ਹੀ ਨਹੀਂ ਲਓ ਜੀ ਖਤਮ ਇਹ ਹੁਣੇ ਬਰਸਾਤ ਕਰਕੇ ਹੀ ਆ ਦੇਖਿਓ ਕੋਈ ਨਹੀਂ ਬਰਸਾਤ ਕਰਕੇ ਹੀ ਆ ਫਿਰ ਤਾਂ ਸੁੱਕ ਜਾਂਦੀ ਉੱਪਰੋਂ ਫੈਲ ਜਾ ਅੱਛਾ ਠੀਕ ਆ ਬ੍ਰੇਕ ਇੱਥੇ ਨਹੀਂ ਲੱਗਣੀ ਆਹੋ ਦੇਖ ਲਓ ਹੈ ਆ ਗਈ ਬ੍ਰੇਕਾਂ ਵਾਲੀ ਜਗ੍ਹਾ ਓਏ ਹੋਏ 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 ਹੋਏ
कोई नहीं छोटा ही सिखाया छोटा ही सिखाया नहीं मैं देख लिया ही छोटा ही सी अगे जाके मैं पता रोकी जानी है भुल आया बी हूँ तो आप मैं लगता थले आ गए थले आ जाएगा इतना इधर पुर पर इधर पिछे नो उपर अच्छा अच्छा कूका नेट बहुत चलाया अच्छा हड्ड च पानी वधिया चलता है आराम नाल चलता जिते रेत आती उत्थे औखा हुंदा थोड़ा जिहा घूमता फिर इदा जिदा घूमता ताडे ते घर घुर बनाउण लई रेता दी कम रेता तां इत्थों ही लै जांदे होणे हैना सारी कोई रोक टोक नहीं हुंदी होणी पिंड च नहीं जाणी रोक टोक आहो पिंड च कदी रोक जो तां सुविधावां है नहीं कोई तां आ तां होवे इहदा तां खर्चा तां बचे केहड़ी माता मंदर कहिंदे देरी हांजी देरी अच्छा देरी माता मंदर इक महा मसीत है इत्थे सत रुखा साधे इत्थे ए ए मसीत आ पुरानी है हांजी सत रुखा ਇੱਥੇ ਆਉਂਦੇ ਵੀ ਆ ਕਿ ਨਹੀਂ ਬੰਦੇ ਆਉਂਦੇ ਆ ਵੈਸੇ ਤਾਂ ਜਿੱਦਾਂ ਮੇਨਟੇਨ ਹੋਇਆ ਇਹ ਸਹੀ ਆ ਹੈ ਨਾ ਉਦਾਂ ਜਿੰਨਾ ਕੁ ਵੀ ਹੈਗਾ ਪਰ ਇੱਥੇ ਬੂਟੀ ਬੜੀ ਚੜੀ ਆ ਤਾਂ ਗੁੱਜਰ ਪਰਿਵਾਰ ਤੋਂ ਆਉਂਦੇ ਹੋਣੇ ਫਿਰ ਹਾਂਜੀ ਉਹੀ ਉਹੀ ਜਿਹੜੇ ਜਿੰਨੇ ਵੀ ਇੱਥੇ ਮੁਸਲਮਾਨ ਹੈਗੇ ਕੋਈ ਹਾਂਜੀ ਅੱਛਾ ਇੱਥੇ ਕੁਛ ਨਹੀਂ ਲਿਖਿਆ ਠੀਕ ਆ ਚਲੋ ਫਿਰ ਹੁਣ ਜਿੱਦਾਂ ਨਮਾਜ਼ ਪੜ੍ਹਨੀ ਹੋਵੇ ਇੱਥੇ ਆ ਕੇ ਪੜ੍ਹਦੇ ਨਾ ਅੱਛਾ ਜੀ ਅੱਛਾ ਨਮਾਜ਼ ਇੱਥੇ ਪੜ੍ਹਦੇ ਹੈ ਤੇ ਚਲੋ ਜੀ ਭਾਜੀ ਅੱਗੇ ਚੱਲੀਏ ਜੀ ਦੇਰੀ ਮਾਤਾ ਮੰਦਰ ਅੱਛਾ ਭਾਜੀ ਇਹ ਸੱਤ ਰੁਖਾ ਤੁਸੀਂ ਉਹਨੂੰ ਕਹਿੰਦੇ ਆ ਸੱਤ ਰੁਖਾ ਤਾਂ ਆਇਆ ਜੈ ਸੱਤ ਰੁਖਾ ਦੇਰੀ ਮਾਤਾ ਜਠੇਰੇ ਵਿਸ਼ੇਸ਼ ਗੋਤਰ ਵਾਂਟਡ ਇਹਦਾ ਬੋਰਡ ਤਾਂ ਲੱਗਾ ਆ ਭਾਜੀ ਉੱਥੇ ਵੀ ਥੱਲੇ ਜਿੱਥੇ ਉਹ ਚੌਂਕ ਆ ਆਪਣਾ ਟੀ ਪੁਆਇੰਟ ਜਿਹੜਾ ਜਾਂਦਾ ਆ ਹੁਸ਼ਿਆਰਪੁਰ ਨੂੰ ਰਸਤਾ ਜਾਂਦਾ ਹਾਂ ਕਾਫੀ ਦੁਨੀਆਂ ਆਉਂਦੀ ਇੱਥੇ ਵੀ ਠੀਕ ਆ ਜੀ ਠੀਕ ਆ ਆਪਣੇ ਆ ਕੇ ਲੋਕ ਲੱਗੇ ਆ ਉੱਥੇ ਤਾਂ ਉਦਾਂ ਹੈ ਨਾ ਨਹੀਂ ਰਹਿੰਦਾ ਹੁੰਦਾ ਇੱਕ ਬੰਦਾ ਇੱਥੇ ਹਾਂਜੀ ਰਹਿੰਦਾ ਬੰਦਾ ਗਿਆ ਹੁਣ ਕਿਤੇ ਕੰਮ ਅੱਛਾ ਅੱਛਾ ਰਹਿੰਦੇ ਆ ਠੀਕ ਮਗਰ ਕੀ ਆ ਮੈਂ ਕਿਹਾ ਇੱਧਰ ਹੀ ਬੰਦੇ ਨੇ ਸਬਜ਼ੀਆਂ ਸੁਬਜ਼ੀਆਂ ਲਾਈਆਂ ਆ ਉਹ ਲੈ ਵੀ ਕੀ ਬਾਤਾਂ ਹੈ ਚਲੋ ਦਰਸ਼ਨ ਕਰ ਲਈਏ ਇੱਥੇ ਵੜ ਵਿੱਚ ਸੀਗੀ ਜਗ੍ਹਾ ਨਾ ਉਹਦੇ ਬਣਾਤੀ ਉਹਨਾਂ ਨੇ ਵਧਾਈ ਘਟਾਈ ਨਹੀਂ ਬੋਰਡ ਦੇ ਵਿੱਚ ਜਗ੍ਹਾ ਸੀਗੀ ਓਹੋ ਅੱਛਾ ਤਾਂ ਕਰਕੇ ਉਹਨੀ ਦੂਨੀ ਬਣਾਤੀ ਇੱਧਰ ਨੂੰ ਵੱਢ ਦੇਣਾ ਜਿਹੜਾ ਉਹ ਪੱਥਰ ਸੀਗੇ ਪਹਿਲਾਂ ਪੱਥਰ ਜਿਹੜੇ ਬੋਰਡ ਦੇ ਵਿੱਚ ਅੱਛਾ ਅੱਛਾ ਠੀਕ ਆ ਠੀਕ ਉਹਦੇ ਰਹਿਣ ਤੇ ਹਾਂਜੀ ਠੀਕ ਆ ਨਹੀਂ ਚਲੋ ਬਹੁਤ ਵਧੀਆ ਆ ਜਾਓ ਜੀ ਇੱਧਰੋਂ ਤਾਂ ਨਿਆਣੇ ਜਾਂਦੇ ਸਕੂਲ ਇੱਥੋਂ ਦੀ ਹਾਂਜੀ ਦੇਖ ਕੋਈ ਨਹੀਂ ਟੈਨਸ਼ਨ ਨਾ ਲਓ ਸਕੂਲ ਨਹੀਂ ਜਾਂਦੇ ਨਿਆਣੇ ਘਰ ਦੇ ਜਾਂਦੇ ਸੱਤ ਅੱਠ ਨਿਆਣੇ ਇੱਥੇ ਘਰ ਵਿੱਚ ਖੱਡਾਂ ਮਿਲੀਆਂ ਬਾਰ ਬਾਰ ਆਉਂਦੀਆਂ ਸ਼ੋਰਟਕਟ ਆ ਨਾ ਵਿੱਚ ਰਸਤੇ ਨਹੀਂ ਨਹੀਂ ਆ ਖੱਡਾਂ ਤਿੰਨ ਚਾਰ ਵਾਰੀ ਮਿਲੀਆਂ ਸਾਨੂੰ ਹੁਣ ਹੈਗੀ ਇੱਕੋ ਹੀ ਹੈ ਖੱਡ ਇਹ ਘੁੰਮਦੀ ਆ ਹੈ ਘੁੰਮਦੀ ਹੈ ਨਾ ਘੁੰਮ ਕੇ ਫੇਰ ਮੂਹਰੇ ਆ ਗਈ ਆ ਅੱਛਾ ਹੁਣ ਫੇਰ ਆਉਣੀ ਅੱਗੇ ਅਸੀਂ ਸ਼ੋਰਟਕਟ ਹੋਵੇ ਨਾ ਬੱਲੇ ਬੱਲੇ ਹਾਂ ਆਹ ਫੇਰ ਆ ਗਈ ਆ ਗਈ ਮੂਹਰੇ ਇਹ ਖੱਡ ਕਿੱਥੇ ਜਾਂਦੀ ਆ ਉਹੀ ਸਾਡੇ ਮੈਗਰਵਾਲ ਜਿਹੜੀ ਨਿਕਲੀ ਨਹੀਂ ਅੱਗੇ ਅੱਗੇ ਮੈਗਰਵਾਲ ਤਾਂ ਨਿਕਲੀ ਠੀਕ ਆ ਅੱਗੇ ਕਿੱਥੇ ਜਾਂਦੀ ਆ ਜਾਂਦਾ ਥੱਲੇ ਨੂੰ ਪਾਣੀ ਜਿਹੜਾ ਇਕੱਠਾ ਹੋ ਗਿਆ ਹਰਿਆਣੇ ਹੋਣੇ ਹਨ ਅੱਛਾ ਅੱਛਾ ਇਹ ਕਿਸੇ ਡੈਮ 'ਚ ਨਹੀਂ ਪੈਂਦਾ ਹੈ ਨਾ ਨਹੀਂ ਪੈਂਦਾ ਡੈਮ ਦੇਖ ਲਓ ਇਹ ਡੈਮ 'ਚ ਖੱਡ ਹੋਰ ਪੈਂਦੀ ਆ ਇਹ ਜਿਹੜੀ ਅੱਗੇ ਨੂੰ ਜਾਂਦੀ ਜਿੱਥੋਂ ਆਪਾਂ ਹੁਸ਼ਿਆਰਪੁਰ ਵਾਲਾ ਰਸਤਾ ਆਇਆ ਹੈ ਨਾ ਨਾਲ ਨਾਲ ਜਾਂਦੀ ਉਹਦੇ ਅੱਗੇ ਨੂੰ ਉਹ ਜਿਹੜਾ ਹਰਿਆਣੇ ਵਾਲਾ ਚੱਕਾ ਨੂੰ ਮੰਨ ਜਾਂਦਾ ਅੱਛਾ 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 ਟੋਲ ਲੱਭੇ ਆ ਗਈ ਬੜੀ ਵਾਰੀ ਘੁੰਮੀ ਆ ਹਨਾ ਇੱਥੇ ਜਦੋਂ ਮੀਂਹ ਪੈਂਦਾ ਹੋਣਾ ਖੱਡਾਂ ਆਉਂਦੀਆਂ ਹੋਣੀਆਂ ਇੱਥੋਂ ਤਾਂ ਲੰਘ ਹੀ ਨਹੀਂ ਹੁੰਦਾ ਹੋਣਾ ਸਭ ਤੋਂ ਜ਼ਿਆਦਾ ਖੱਡਾ ਇਹ ਨਿਕਲਦੀ ਹੈ ਇਹ ਜ਼ਿਆਦਾ ਨਿਕਲਦੀ ਹਿਮਾਚਲ ਦਾ ਪਾਣੀ ਵੀ ਇੱਧਰ ਹੀ ਆਉਂਦਾ ਨਾ ਸਾਰਾ ਹੀ ਹਾਂ ਇੱਥੇ ਬਹੁਤ ਪਾਣੀ ਇਕੱਠਾ ਹੁੰਦਾ ਜਾ ਕੇ ਨਾ ਜਦੋਂ ਪਾਣੀ ਜਾਂਦਾ ਆ ਰੇਤਾ ਦੇਖੋ ਨਾ ਉਸੇ ਕਰਕੇ ਹੀ ਆ ਇੱਥੇ ਤਾਂ ਚੜ੍ਹਣਾ ਉਹ ਬੱਲੇ ਆਹ ਤਾਂ ਗੁਪਤ ਰਾਸਾ ਲੱਗਦਾ ਜਿੱਦਾਂ ਹੁੰਦਾ ਨਾ ਮੇਰੇ ਕੋਲ ਰਾਖੀ ਰੁਖੀ ਮੇਰੇ ਕੋਲ ਕਿਆ ਪਤਾ ਹੈ
बलकार भाजी दे घर आ गए आपां। देखो जन्नत च कह सकते बसिया भावा थू सहूलत की थोड़ी बहुत घाट आ पर जन्नत आ ओए चैंपियन किदा कुर्सी लिया वाह जी वाह लिया कुर्सी लिया ताडा घर ही इत्थे कल्ला हां जी लागे लागे केड़ा घर आ होर कुछ नहीं है ये कहा ये तो फार्म है वो तो कदी फार्म है ना बस को थल्ले जाके वो हैं ले वो सामने जगह उठे पर किधर जदा पहला नहीं मुसलमान ने बनाई वो सामने ओहो उधर सड़ी दी अच्छा अच्छा ओ बोर्ड हले सामने ठीक है ठीक है ठीक है ओ हैगी एक ओ बोर्ड है ना बाबे पर थरी जगह बाबे पर थरी दी जगह भी अच्छा अच्छा ठीक है ठीक है चलो आ भी देखिए ताडा माड़ा फिर हां जी देख लो लो जी आ ओही आ भाजी जेडी तुही कहने ही आहो जाओ पाइयो हैं जेडे दादे में ऊपर जा सरवाड़ 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 पाइयो तो देख लो सत श्री अकाल जी सत श्री अकाल ये अपना है इधर चलो बहुत बढ़िया बहुत सोना इतने कुछ बीजा बुजा नहीं छलियां मिलनी है कि मीह लेट होए ये जगह सारी ताडी आ हां चाचे दी उधर सारी अच्छा अच्छा ठीक है ठीक है समझ गया दस सही है सत श्री अकाल जी सत श्री अकाल नहीं है हो ठीक है जी सब ਤਾਂ ਨਹੀਂ ਗੱਲ ਹੋਈ ਸੀ ਮੇਰੀ ਹੈ ਨਾ ਲਿਆ ਕੁਮਰ ਕੁਰਸੀ ਅੰਦਰ ਹਰੀ ਕੁਰਸੀ ਨਹੀਂ ਬਹਿਣਾ ਨਹੀਂ ਮੈਂ ਬਸ ਮੇਰੀ ਗੱਲ ਸੁਣੋ ਬਹਿਣਾ ਨਹੀਂ ਉਹ ਬਸ ਬੈਗ ਚੱਕਦਾ ਤੇ ਹੁਣ ਮੈਂ ਚੱਲਾਂ ਫੇ ਆਉਂਗਾ ਕਿਸੇ ਦਿਨ ਆਰਾਮ ਨਾਲ ਬੱਚਿਆਂ ਲਈ ਮੈਂ ਕੁਝ ਲੈ ਕੇ ਨਹੀਂ ਆਇਆ ਕੋਈ ਨਹੀਂ ਤੇ ਆ ਲਓ ਤੁਸੀਂ ਨਾ 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 ਨਹੀਂ ਕੋਈ ਨਹੀਂ 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 ਇਹ ਦੇਖਾ ਕੁਝ ਵੀ ਹਾਂ ਆ ਕਰ ਮੰਡ ਲਿਓ ਸਾਰੇ ਜਾਣੇ ਹੈ ਠੀਕ ਆ ਨਹੀਂ ਨਹੀਂ ਤੰਗਾ ਨਹੀਂ ਲੱਗਦਾ ਯਾਰ ਇਦਾਂ ਦੱਸ ਬੱਚੇ ਫੇ ਦੇਖ ਦੇ ਨਾ ਕੱਦੂ ਦੇਖਾ ਤੋੜ ਕੇ ਕੱਦੂ ਕਿਦਾਂ ਦਾ ਦਿਖਾਓ ਤਾਂ ਚੰਗਾ ਭਾਬੀ ਜੀ ਨਹੀਂ ਨਹੀਂ ਚਾਹ ਮੈਂ ਪੀਣਾ ਨਹੀਂ ਪਾ ਦੁੱਧ ਪੀਆ ਉੱਥੇ ਕੀ ਨਾਂ ਸੀਗਾ ਮੈਂ ਨਾ ਹੀ ਭੁੱਲ ਜਾਣਾ ਕਾਹੀ ਵਾਲ ਦੁੱਧ ਪੀਆ ਉੱਥੇ ਮਾਤਾ ਜੀ ਕੋਲ ਆਪਾਂ ਵੀ ਜੰਗਲੀ ਜੰਗਲ ਦਾ ਕੱਦੂ ਖਾਵਾਂਗੇ ਕਿਉਂ ਭਾਜੀ ਇਹਨਾਂ ਨੂੰ ਕੁਛ ਪੌਣੇ ਪੁੰਨੇ ਤਾਂ ਹੁੰਦੇ ਨਹੀਂ ਤੁਸੀਂ ਹੈ ਨਾ ਕੁਛ ਨਹੀਂ ਢੇਰ ਬੜਾ ਲੱਗੀ ਹੋਵੇ ਢੇਰ ਸਿੱਟੀ ਦਾ ਸੀ ਨਾ ਭਗਵਾਨ ਦਾ ਪਰੂ ਭਰਾ ਦੀ ਬੇਲ ਹੈ ਉਦਾਂ ਉਦਾਂ ਹੀ ਹੁਣ ਆਪਣੇ ਆਪ ਦੇਖ ਲਓ ਹੈ ਇਹ ਬਿਲਕੁਲ ਕੱਚਾ ਹੁੰਦਾ ਹੈ ਦੇਖੋ ਤਾਂ चलो हजे बच्चा है पढ़ना चंगी तरह ठीक है अच्छी तरह पढ़ना मन लगा के सारे ने बड़े बंदे पढ़ना ठीक है जी पाजी बहुत बहुत धन्यवाद तुहाडा ਨਾਲ ਜਾਣ ਲਈ ਸਭ ਕੁਝ ਦਿਖਾਉਣ ਲਈ ਹਾਂਜੀ ਉਲਿਆ 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 ਨਹੀਂ ਤਾਂ ਮੈਂ ਭਾਜੀ ਨੂੰ ਮੇਰਾ ਤੀਜਾ ਚੱਕਰ ਲੱਗ ਜਾਣਾ ਸੀ ਫਿਰ ਮੈਗਰੋਵਾਲ ਦਾ ਛੋਟੂ ਤੂੰ ਯਾਦ ਕਰਾਇਆ ਨਾ ਥੈਂਕ ਯੂ ਬਹੁਤ ਬਹੁਤ ਪਹਿਲੀ ਵਾਰੀ ਹੋਣਾ ਮੈਂ ਕਿਤੇ ਕੁਛ ਭੁੱਲ ਜਾਣਾ ਚੰਗਾ ਜੀ ਚੰਗਾ ਕਰੋ ਤੁਸੀਂ ਆਰਾਮ ਕਰੋ ਭਾਜੀ ਹੈ ਮੈਂ ਚੱਲਦਾ ਚੰਗਾ ਭਾਬੀ ਜੀ ਸਤਿ ਸ਼੍ਰੀ ਅਕਾਲ ਚੰਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਸ ਵਲੌਗ ਨੂੰ ਦੇਖਣ ਲਈ ਬਹੁਤ ਚੰਗਾ ਲੱਗਾ ਅੱਜ ਦਾ ਦਿਨ ਵੀ ਸਫਲ ਰਿਹਾ